ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਭ ਨੂੰ ਮੁਬਾਰਕਾਂ। ਇਸ ਜਥੇ ਦੇ ਵਿੱਚ 1303 ਸ਼ਖਸੀਅਤਾਂ ਜਾ ਰਹੀਆਂ ਨੇ। ਇਹ ਬਹੁਤ ਵੱਡੇ ਭਾਗਾਂ ਵਾਲੀਆਂ ਨੇ ਜਿਨ੍ਹਾਂ ਨੂੰ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪਾਵਨ ਪ੍ਰਕਾਸ਼ ਗੁਰਪੁਰਬ ਉੱਥੇ ਮਨਾਉਣ ਦਾ ਮੌਕਾ ਮਿਲ ਰਿਹਾ। ਇਸ ਜਥੇ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਗੁਰਮੀਤ ਸਿੰਘ ਜੀ ਬੂਹ, ਬਾਬਾ ਚਰਨਜੀਤ ਸਿੰਘ ਜੀ, ਭੈਣ ਜੀ ਰਵਿੰਦਰ ਕੌਰ ਕਰ ਰਹੇ ਨੇ। ਇਹ ਜਥੇ ਨੇ ਸਿੱਧਾ ਪਹਿਲਾਂ ਨਨਕਾਣਾ ਸਾਹਿਬ ਜਾਣਾ ਵਾ। ਨਨਕਾਣਾ ਸਾਹਿਬ ਤੋਂ ਇਸ ਜਥੇ ਨੂੰ ਵਿਸ਼ੇਸ਼ ਬੱਸਾਂ ਰਾਹੀਂ ਜਿਹੜਾ ਵਾ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਲਿਆਂਦਾ ਜਾਣਾ ਵਾ। ਕਰਤਾਰਪੁਰ ਜਿਹੜਾ ਕਿ 9 ਤਰੀਕ ਨੂੰ ਲਾਂਘਾ ਖੁੱਲ੍ਹਣ ਜਾ ਰਿਹਾ, ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ 9 ਤਰੀਕ ਨੂੰ ਕਰਤਾਰਪੁਰ ਦਾ ਲਾਂਘਾ ਇੱਧਰ ਖੋਲ੍ਹਣਗੇ, ਉੱਧਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜਿਹੜੇ ਸ਼੍ਰੀ ਇਮਰਾਨ ਖਾਨ ਜੀ ਆ ਉਹ ਖੋਲ੍ਹਣਗੇ। ਇਸ ਇਤਿਹਾਸਿਕ ਮੌਕੇ 'ਤੇ ਪਾਵਨ ਪਵਿੱਤਰ ਦਿਹਾੜੇ 'ਤੇ ਇਹਨਾਂ ਨੂੰ ਉਹ ਸਮਾਗਮਾਂ 'ਚ ਸ਼ਮੂਲੀਅਤ ਕਰਨ ਦਾ ਮੌਕਾ ਮਿਲਣਾ, ਮੈਂ ਇਸ ਕਾਰਜ ਲਈ ਇਹਨਾਂ ਸਾਰੇ ਹੀ ਯਾਤਰੂਆਂ ਨੂੰ ਮੁਬਾਰਕਬਾਦ ਵੀ ਦਿੰਦਾ। ਮੇਰੀ ਇੱਕ ਬੇਨਤੀ ਆ ਕਿ ਸਾਰੇ ਹੀ ਯਾਤਰੂ ਬੜੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਇਹਨਾਂ ਸਮਾਗਮਾਂ 'ਚ ਸ਼ਾਮਿਲ ਹੋਣ ਤਾਂ ਕਿ ਭਾਰਤ ਦੇ ਨਾਗਰਿਕ ਹੋਣ ਕਰਕੇ, ਸਿੱਖਾਂ ਦੇ ਪ੍ਰਤੀਨਿਧ ਹੋਣ ਕਰਕੇ ਸਿੱਖੀ ਦੀ ਖੁਸ਼ਬੂਈ ਨੂੰ ਵੰਡ ਕੇ ਆਉਣ। ਹਰ ਵਾਰ ਵੀਜ਼ੇ ਕੱਟੇ ਜਾਂਦੇ ਨੇ, ਐਰਕੀ ਵੀ 342 ਵੀਜ਼ੇ ਕੱਟ ਦਿੱਤੇ ਗਏ ਨੇ, ਕੀ ਕਹੋਗੇ? ਦੇਖੋ, ਇੱਕ ਤਾਂ ਸਾਨੂੰ ਇਹ ਅਫਸੋਸ ਆ ਕਿ 324 ਵੀਜ਼ੇ ਕੱਟੇ ਗਏ ਨੇ। ਉਹਨਾਂ ਯਾਤਰੂਆਂ ਦੇ ਨਾਲ ਹਮਦਰਦੀ ਆ, ਪਰ ਇਹ ਵੀਜ਼ੇ ਉਸ ਟਾਈਮ ਕੱਟੇ ਗਏ ਨੇ ਜਦੋਂ ਕਿ ਅਸੀਂ ਉਹਨਾਂ ਯਾਤਰੂਆਂ ਨੂੰ ਇਨਫਾਰਮ ਵੀ ਨਹੀਂ ਕਰ ਸਕਦੇ। ਇਸ ਕਰਕੇ ਸਾਡੀ ਸਰਕਾਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਯਾਤਰੂਆਂ ਨੂੰ ਵੀਜ਼ੇ ਦਿੱਤੇ ਜਾਣ। ਦੂਜਾ, ਖਾਸ ਕਰਕੇ ਇਸ ਜਥੇ ਦੇ ਵਿੱਚ ਅਸੀਂ ਜੂਨ ਮਹੀਨੇ 'ਚ ਐਲਾਨ ਕੀਤਾ ਸੀ ਕਿ ਭਾਈ ਸਾਹਿਬ ਭਾਈ ਮਰਦਾਨਾ ਦੇ ਜਿਹੜੇ ਪੈਰੋਕਾਰ ਨੇ, ਔਲਾਦ ਆ, ਉਹਨਾਂ ਨੂੰ ਹਰ ਮਹੀਨੇ 21,000 ਰੁਪਏ ਜਿਹੜਾ ਭਾਰਤੀ ਕਰੰਸੀ ਅਨੁਸਾਰ ਉਹ ਸਹਾਇਤਾ ਦਿਆ ਕਰਾਂਗੇ। ਇਸ ਵਾਰ ਵੀ ਅਸੀਂ ਉਹਨਾਂ ਦੀ ਜਿਹੜੀ ਬਣਦੀ ਸਹਾਇਤਾ ਸੀ ਉਹ ਜਥੇ ਦੇ ਨਾਲ ਭੇਜ ਰਹੇ ਹਾਂ। ਸਰਦਾਰ ਗੁਰਮੀਤ ਸਿੰਘ ਜੀ ਬੂ, ਬਾਬਾ ਚਰਨਜੀਤ ਸਿੰਘ ਜੀ, ਭੈਣ ਜੀ ਰਵਿੰਦਰ ਕੌਰ ਦੀ ਹਾਜ਼ਰੀ 'ਚ ਉਹਨਾਂ ਨੂੰ ਉਹ ਸਹਾਇਤਾ ਵੀ ਉੱਥੇ ਦਿੱਤੀ ਜਾਏਗੀ। 5 ਪਿਆਰੇ ਸਾਹਿਬਾਨ ਜਾ ਰਹੇ ਨੇ, ਉੱਥੇ ਅੰਮ੍ਰਿਤ ਸੰਚਾਰ ਵੀ ਹੋਏਗਾ। ਗ੍ਰੰਥੀ ਸਿੰਘ ਜਾ ਰਹੇ ਨੇ, ਉਹ ਆਪਣੀ ਡਿਊਟੀ ਕਰਨਗੇ। ਸੇਵਾਦਾਰਾਂ ਨੂੰ ਖਾਸ ਕਰਕੇ ਹਦਾਇਤ ਕੀਤੀ ਜਾਂਦੀ ਆ ਕਿ ਉਹ ਲੰਗਰ ਦੇ ਵਿੱਚ ਸੇਵਾ ਕਰਕੇ ਨਾਮ ਨਾ ਖੱਟਣ। ਹਾਂਜੀ ਬਾਬਾ, ਕੀ ਨਾਮ ਜੀ? ਦਾਸ ਗੁਰਮੀਤ ਸਿੰਘ ਬੂ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਅੱਜ ਜੋ ਜਥਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਰਵਾਨਾ ਕੀਤਾ ਜਾ ਰਿਹਾ, ਜੋ ਅੱਜ ਨਨਕਾਣਾ ਸਾਹਿਬ ਪਹੁੰਚੇਗਾ। 2 ਦਿਨ ਉੱਥੇ ਵਿਸ਼ਰਾਮ ਕਰਨ ਤੋਂ ਬਾਅਦ 9 ਤਰੀਕ ਨੂੰ ਜਿਹੜਾ ਕੋਰੀਡੋਰ ਦਾ ਉਦਘਾਟਨ ਹੋਣਾ ਕਰਤਾਰਪੁਰ ਸਾਹਿਬ, ਉੱਥੇ ਵੀ ਸ਼ਮੂਲੀਅਤ ਕਰੇਗਾ। ਉਪਰੰਤ ਫਿਰ ਨਨਕਾਣਾ ਸਾਹਿਬ ਆ ਕੇ ਗੁਰੂ ਸਾਹਿਬ ਦਾ ਜਿਹੜਾ ਗੁਰਪੁਰਬ ਉੱਥੇ ਮਨਾ ਕੇ 13 ਤਰੀਕ ਨੂੰ ਵਤਨ ਵਾਪਸੀ ਹੋਏਗੀ। ਸਾਡੀ ਜੋ ਅਰਦਾਸ, ਸ਼੍ਰਕੋਨੀ ਅਰਦਾਸ ਸੀ, ਉਹ ਸੰਗਤ ਹੀ ਪੂਰੀ ਹੋਣ ਜਾ ਰਹੀ। ਨਾਨਕ ਨਾਮ ਲੇਵਾ ਸੰਗਤਾਂ ਦੇ ਮਨ ਵਿੱਚ ਬਹੁਤ ਉਤਸ਼ਾਹ ਸੀ ਵੀ ਜਿਹੜਾ ਕੋਰੀਡੋਰ 'ਤੇ ਜਾ ਕੇ ਨਨਕਾਣਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਾਰੇ ਕੀਤੇ ਜਾਣ। ਸੰਗਤਾਂ ਦੀ ਅਰਦਾਸ ਪੂਰੀ ਹੋਣ ਜਾ ਰਹੀ ਹੈ, ਅਸੀਂ ਸਾਰੇ ਪੁੱਟ ਪਾ ਕੇ ਹਾਂ। ਜਿਹੜਾ ਇਹ ਸਮਾਗਮ ਹੈ, ਜੇ ਕਾਰਜ ਨੇ, ਉਹ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ 'ਤੇ ਹੋਣ ਜਾ ਰਹੇ ਹਨ। ਜੀ, ਮੇਰਾ ਨਾਮ ਪਰਮਜੀਤ ਕੌਰ ਹੈ ਅਤੇ ਮੈਂ ਨਾਭਾ ਜ਼ਿਲ੍ਹਾ ਪਟਿਆਲਾ ਤੋਂ ਆਈ ਹੋਈ ਹਾਂ। ਅੱਜ ਤੁਸੀਂ ਕਿੱਥੇ ਜਾ ਰਹੇ ਜੀ? ਅੱਜ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਨਨਕਾਣਾ ਸਾਹਿਬ ਪਾਕਿਸਤਾਨ, ਅਸੀਂ ਨਾ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ ਜੀ। ਅਤੇ ਜੀ, ਪੰਜਾਬ ਸਾਹਿਬ ਜਾਵਾਂਗੇ ਜੀ, ਨਨਕਾਣਾ ਸਾਹਿਬ ਜਾਵਾਂਗੇ, ਸੱਚਾ ਸੌਦਾ ਸਾਹਿਬ, ਚੂੜਗਾਨਾ ਸਾਹਿਬ ਅਤੇ ਆਪਣਾ ਹਸਨ ਅਬਦਾਲ, ਇਹਨਾਂ ਸਾਰੇ ਜਗ੍ਹਾਵਾਂ 'ਤੇ ਜਾਵਾਂਗੇ ਜੀ, ਅਤੇ ਕਰਤਾਰਪੁਰ ਸਾਹਿਬ ਵੀ ਜ਼ਰੂਰ ਜਾਵਾਂਗੇ ਜੀ। ਸਰਕਾਰ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਵੀਜ਼ੇ ਹੁੰਦੇ, ਜਿਨ੍ਹਾਂ ਦੇ ਵੀਜ਼ੇ ਰੱਦ ਕੀਤੇ ਆ ਉਹਨਾਂ, ਸਾਨੂੰ ਬਹੁਤ ਅਫਸੋਸ ਹੈ। ਸਾਡੇ ਨਾਲ ਵੀ ਇੱਕ ਪਰਿਵਾਰ ਨੇ ਜਾਣਾ ਸੀਗਾ, ਪਰਿਵਾਰ ਦੇ ਬਾਕੀ ਸਾਰੇ ਮੈਂਬਰਾਂ ਦਾ ਲੱਗ ਗਿਆ, ਇੱਕ 2 ਸਾਲ ਦੀ ਬੱਚੀ ਦਾ ਉਹਨਾਂ ਦਾ ਨਹੀਂ ਲੱਗ ਗਿਆ, ਇਸ ਕਰਕੇ ਉਹ ਫਿਰ ਜਥਾ ਜਾ ਹੀ ਨਹੀਂ, ਉਹ ਪਰਿਵਾਰ ਜਾ ਹੀ ਨਹੀਂ ਪਾ ਰਿਹਾ।
ਔਰ ਚਲੋ ਪਰਮਾਤਮਾ ਅੱਗੇ ਅਰਦਾਸ ਕਰਦੇ ਕਿ ਵਾਹਿਗੁਰੂ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਮੌਕਾ ਦੇਵੇ ਔਰ ਸਾਰੀ ਦੁਨੀਆ ਨੂੰ ਮੌਕਾ ਮਿਲਣਾ ਚਾਹੀਦਾ ਹੈ। ਸਰਕਾਰਾਂ ਨੂੰ ਚਾਹੀਦਾ ਕਿ ਇਸ ਕੰਮ ਵਿੱਚ ਕੰਜੂਸੀ ਨਾ ਕਰਨ ਵੀਜ਼ੇ ਦੇਣ ਦੇ ਵਿੱਚ, ਕਿਉਂਕਿ ਸਾਡੇ ਬਾਬੇ ਦਾ ਜਨਮ ਸਥਾਨ ਹੈ ਜੋ ਕਿ ਸਾਨੂੰ 70 ਸਾਲ ਬਾਅਦ ਮੌਕਾ ਮਿਲਿਆ ਉੱਧਰ ਜਾਣ ਦਾ, ਅਤੇ ਸਰਕਾਰਾਂ ਦੀ ਬਹੁਤ ਮਿਹਰਬਾਨੀ ਕਿ ਉਹਨਾਂ ਨੇ ਲਾਂਘਾ ਖੋਲ੍ਹਤਾ। ਇੰਨੇ ਸਾਲਾਂ ਦੀਆਂ ਕੀਤੀਆਂ ਹੋਈਆਂ ਅਰਦਾਸਾਂ ਤਿੰਨੋਂ ਵੇਲੇ ਦੀਆਂ ਕਬੂਲ ਹੋਈਆਂ ਨੇ। ਜਦੋਂ ਵੀ ਆਪਾਂ ਕਿਤੇ ਵੀ ਕੋਈ ਪ੍ਰੋਗਰਾਮ ਕਰਦੇ ਹਾਂ ਅਰਦਾਸ ਦੇ ਵਿੱਚ, ਸਮਾਪਤੀ ਵਿੱਚ ਆਪਾਂ ਜ਼ਰੂਰ ਅਰਦਾਸ ਕਰਦੇ ਹਾਂ ਕਿ ਸਾਨੂੰ ਨਾ ਸਾਡੇ ਵਿਛੜੇ ਹੋਏ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਹੋਣ। ਅਤੇ ਸਰਕਾਰ ਨੇ ਮੌਕਾ ਦਿੱਤਾ ਕਰਤਾਰਪੁਰ ਲਾਂਘਾ ਖੋਲ੍ਹ ਕੇ ਵੀ, ਉਹਨਾਂ ਦਾ ਖੋਲ੍ਹਣਾ ਬਹੁਤ 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 ਸ਼ਲਾਘਾਯੋਗ ਕਦਮ ਹੈ ਔਰ ਇਸ ਗੱਲ ਦਾ ਸਾਰੀ ਸਿੱਖ ਸੰਗਤ ਨਹੀਂ ਪੂਰੀ ਦੁਨੀਆ ਵਿੱਚ ਬਹੁਤ ਉਤਸ਼ਾਹ ਹੈ।